ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ న్యూਸ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਅਵਾਰਾ ਕੁੱਤਿਆਂ ਨੇ ਪੰਜਾਬ 'ਚ ਇੱਥੇ ਮਚਾਇਆ ਕਹਿਰ ਹੋਈਆਂ ਮੋਤਾ ਦਾ ਟੰਡ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਆਤ ਤੋਂ ਆ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਹਾਂਜੀ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਾਂਜੀ ਕੁੱਤੇ ਇੱਕ ਅਜਿਹੇ ਜਾਨਵਰ ਜੋ ਸਾਬਦੀ ਖੈਰ ਮੰਗਦਾ ਹੈ ਤੇ ਆਪਣੇ ਮਾਲਕ ਨਾਲ ਰੂਹ ਤੋਂ ਪਿਆਰ ਕਰਦਾ ਹੈ ਪਰ ਕੁਝ ਕੁੱਤਿਆਂ ਦਾ ਖੁਖਾਰ ਉਸ ਵੇਲੇ ਸਾਹਮਣਿਆਂ ਦਾ ਜਦ ਕੁਝ ਅਵਾਰਾ ਕੁੱਤਿਆਂ ਵੱਲੋਂ 28 ਸਾਲ ਦੀ ਬੱਚੇ ਉੱਪਰ ਹਮਲਾ ਕੀਤਾ ਗਿਆ ਤੇ ਬੱਚੇ ਦਾ ਇਲਾਜ ਦੌਰਾਨ ਮੌਤ ਹੋ ਗਈ। ਮਾਮਲਾ ਪੰਜਾਬ ਦੇ ਮਾਨਸਾ ਤੋਂ ਸਾਹਮਣੇ ਜਿੱਥੇ ਕੁਝ ਅਵਾਰਾ ਕੁੱਤਿਆਂ ਦੇ ਵੱਲੋਂ 28 ਸਾਲ ਦੀ ਬੱਚੇ ਉੱਪਰ ਜਾਣਲੇ ਹਮਲਾ ਕੀਤਾ ਗਿਆ। ਜਿਸ ਦੇ ਚਲਦੇ ਬੱਚੇ ਪਰਿਵਾਰਕ ਮੈਂਬਰਾਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਚ ਲਾਜ਼ਿਲ ਜਾਇਆ ਗਿਆ ਜਿੱਥੇ ਉਸ ਨੂੰ ਰੈਫਰ ਕਰ ਦਿੱਤਾ ਗਿਆ ਹੈ। ਜਿਸ ਦੇ ਚਲਦੇ ਬੱਚੀ ਨੂੰ ਜਦੋਂ ਫ੍ਰੀਡਕੋਟ ਦੇ ਹਸਪਤਲ ਚ ਲਜ ਜਿੱਥੇ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਿਹਾ ਤੇ ਇਲਾਕੇ ਦੇ ਵਿੱਚ ਡਰ ਦਾ ਮਾਹੌਲ ਫੈਲਿਆ ਹੋਇਆ ਹੈ ਪ੍ਰਾਪਤ ਜਾਣਕਾਰੀ ਤੋਂ ਪਤਾ ਚੱਲਿਆ ਕਿ ਕ੍ਰਿਸ਼ਨ ਨਾਮ ਦਾ ਵਿਅਕਤੀ ਜੋ ਮਾਲੀ ਦਾ ਕੰਮ ਕਰਦਾ ਉਸ ਨੇ 22 ਸਾਲਾ ਬੱਚੀ ਅਮ੍ਰਿਤਾ ਜਦ ਅ ਘਰ ਅੱਗੇ ਖੇਡ ਰਹੀ ਸੀ ਤਾਂ ਉਸੇ ਤਰ੍ਹਾਂ ਕੁਝ ਆਵਾਰਾ ਕੁੱਤਿਆਂ ਦਾ ਝੁੰਡ ਆਇਆ ਜਿਨ੍ਹਾਂ ਦੇ ਵੱਲੋਂ ਉਸ ਬੱਚੀ ਉੱਪਰ ਹਮਲਾ ਕਰ ਦਿੱਤਾ ਗਿਆ ਇਸ ਹਮਲੇ ਦੌਰਾਨ ਬੱਚੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਉਸ ਨੂੰ ਸੇਵਲ ਹਸਪਤਾਲ ਪਹੁੰਚਾਇਆ ਗਿਆ ਡਾਕਟਰਾਂ ਨੇ ਵੱਲੋਂ ਉਸ ਦੀ ਗੰਭੀਰ ਹਾਲ ਨੂੰ ਦੇਖਦੇ ਹੋਏ ਉਸ ਨੂੰ ਫੀਰਕੋਟ ਦੇ ਹਸਪਤਾਲ ਤੇ ਰੈਫਰ ਕੀਤਾ ਗਿਆ ਜਿੱਥੇ ਰਸਤੇ ਵਿੱਚ ਹਸਪਤਾਲ ਆਉਂਦੇ ਹੋਏ ਉਸ ਬੱਚੇ ਦੀ ਮੌਤ ਹੋ ਗਈ। ਉਹਦੇ ਇਸ ਘਟਨਾ ਤੋਂ ਬਾਅਦ ਮੁਹੱਲੇ ਦੇ ਕੌਂਸਲਰ ਨੇ ਕਹਿ ਕੇ ਬੱਚੀ ਨੂੰ ਸਮੇਂ ਸਿਰ ਲਾਜ਼ਮ ਨਿਲਾਂਦੇ ਕਾਰਨ ਬੱਚੇ ਦੀ ਮੌਤ ਹੋ ਗਈ। ਜਿੱਤੇ ਚੱਲਦੇ ਉਹਨਾਂ ਨੇ ਮੰਗ ਕੀਤੀ ਕਿ ਬੱਚੇ ਦੇ ਮਾਪਿਆਂ ਦੇ ਆਰਥਿਕ ਮਦਦ ਕੀਤੀ ਜਾਏ ਤਾਂ ਜੋ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਖਬਰਾਂ ਦਾ ਸ ਦੇਖਣ ਲਈ ਤੁਹਾਡਾ ਬੀ